ਚੁੰਮੀ ਲੈ ਨੀ ਚੁੰਮੀ ਲੈ ਚੱਲ ਚੱਲ ਹੁਣ ਆਪਾਂ ਲਾਉਂਦੇ ਆ ਮੁੰਡੇ ਇੱਧਰ ਦੇ ਮੁੰਡੇ ਨਾਲ ਰੱਖੀ ਇੱਥੇ ਫਿਰਦਾ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਆ ਬੀਂਗਰਾਂ ਦੇ ਘੈਂਟ ਦੇ ਵਲੋਗ ਦੇ ਵਿੱਚ ਤੇ ਅੱਜ ਦੇ ਵਲੋਗ 'ਚ ਤਾਂ ਬਾਈ ਮੁੰਡਿਆਂ ਦੀ ਲਹਿਰ ਬਣੀ ਪਈ ਹੈ ਮੇਰੇ ਵੀਰਿਓ ਅੱਜ ਤਾਂ ਬਾਗੋ ਬਾਗ ਹੋਏ ਪਏ ਹੈ ਕਿਉਂ ਕਿਉਂ ਬਾਗੋ ਬਾਗ ਹੋਏ ਹੋਏ ਦੱਸ ਦੇ ਮਾੜਾ ਕਹਿ ਰਹੀ ਵੈਸੇ ਤਾਂ ਉਹਨੇ ਦੇਖ ਹੀ ਲਿਆ ਹੋਣਾ ਟਾਈਟਲ 'ਚ ਰਫਲ ਲੈਣ ਚੱਲੇ ਆ ਜੀ ਕਹਿੰਦੇ ਬਾਹਲਾ ਹੀ ਚਾਅ ਆ ਮੁੰਡਿਆਂ ਨੂੰ ਕਿਉਂਕਿ ਬਾਈ ਜਿਹੜਾ ਆਪਾਂ ਮਾਡਲ ਹੁਣ ਮੰਗਵਾਇਆ ਨਾ ਮਤਲਬ ਕੱਲ੍ਹ ਦਾ ਆ ਨਹੀਂ ਰਿਹਾ ਸੀਗਾ ਪਰ ਜਿਹੜਾ ਮਾਡਲ ਆਪਾਂ ਹੁਣ ਮੰਗਵਾਇਆ ਉਹ ਕਿਤੇ ਵੀ ਹੈ ਨਹੀਂ ਗਾ ਮਤਲਬ ਕਿਤੇ ਵੀ ਨਾ ਕਿਸੇ ਕੋਲ ਯੂਟਿਊਬ ਤੇ ਆ ਤੇ ਉਹ ਬਾਹਲਾ ਤਕੜਾ ਮਾਡਲ ਮੰਗਾ ਲਿਆ ਹੁਣ ਮੈਂ ਵੀ ਕਹਿ ਰਿਹਾ ਜੱਟ ਦੀ ਬੰਦੂਕ ਰਸੀਆ ਤੋਂ ਰਸੀਆ ਮੇਡ ਲੈ ਕੇ ਜਾਣੀ ਹਾਂ ਪਰ ਨਹੀਂ ਉਹ ਮੇਡ ਇਨ ਇੰਡੀਆ ਯਾਰ ਵਿਆਹ ਕਰਦਾ ਮੇਡ ਇਨ ਜਰਮਨੀ ਗਈ ਹੈ ਨਾ ਜਰਮਨੀ ਜਿਹੜੀ ਆਪਾਂ ਗੰਨ ਲੈ ਕੇ ਆਉਣੀ ਹੈ ਇੰਨੀ ਜ਼ਿਆਦਾ ਤਕੜੀ ਹੋਣੀ ਹੈ ਨਾ ਉਹ ਕਿਉਂ ਜੋ ਕਿ ਆਪਾਂ ਨਿਸ਼ਾਨੀ ਉਸ ਹਿਸਾਬ ਨਾਲ ਰੱਖ ਰੱਖ ਕੇ ਲਾਉਣੇ ਆ ਤੇ ਮੇਰੇ ਕੋਲ ਇਹੋ ਜਿਹੀਆਂ ਚੀਜ਼ਾਂ ਨੇ ਮਤਲਬ ਨਾ ਮੈਂ ਰੱਖੀਆਂ ਹੋਈਆਂ ਸਾਂਭ ਕੇ ਇਹਨਾਂ ਨੂੰ ਟਕਾਲ ਟਕਾ ਕੇ ਆਪਾਂ ਨਿਸ਼ਾਨੇ ਲਾਉਣੇ ਆ ਤੇ ਜਿਹੜੀਆਂ ਉਹ ਚੀਜ਼ਾਂ ਨੇ ਇਹਦੇ ਸਿਰ ਦੇ ਉੱਪਰ ਰੱਖ ਕੇ ਹੱਸ ਜਗਰਾਉਣ ਦੇ ਸਿਰ ਤੇ ਫੇਰ ਨਿਸ਼ਾਨਾ ਲਾਉਣਾ ਮੇਰੇ ਵੀਰੇ ਲਾਇਆ ਨਿਸ਼ਾਨਾ ਬਈ ਦੇਖੀ ਚੱਲਿਓ ਉਦੋਂ ਹੀ ਕਰਨਾ ਜਿਵੇਂ ਦੂਰੇ ਖੜਾ ਵਾਂ ਸਾਹਮਣੇ ਕੰਧ ਕੋਲੇ ਬੋਤਲਾਂ ਰੱਖ ਕੇ ਇੱਥੋਂ ਐ ਨਿਸ਼ਾਨੇ ਲਾਉਣੇ ਆ ਆਪਾਂ ਬਾਬਾ ਮੰਨਦਾ ਪਰ ਜਿਹੜੀ ਉਹ ਬੰਦੂਕ ਆ ਨਾ ਬਿਲਕੁਲ ਹਲਕੀ ਨਹੀਂ ਹੈਗੀ ਜਿਵੇਂ ਕਈ ਤਾਂ ਵਾਲੀਆਂ ਹਲਕੀਆਂ ਜਿਹੀਆਂ ਹੁੰਦੀਆਂ ਨੇ ਨਾ ਨੋਰਮਲ ਜੀਆਂ ਉਹ ਪੂਰੀ ਭਾਰੀ ਆ ਐ ਪਤਾ ਲੱਗਦਾ ਜਦੋਂ ਫੜੀ ਹੁੰਦੀ ਆ ਹੁਣ ਆਪਾਂ ਕਵਾੜੀ ਇਕੱਠਾ ਕਰਿਆ ਕਰਨ ਜਿਹੜਾ ਮਿਲ ਜਾ ਕਰਨਾ ਇੱਥੇ ਲਿਆ ਕੇ ਟੋਕਿਆ ਕਰ ਪਰ ਇੱਕ ਗੱਲ ਦਾ ਹੱਦਵਾ ਜਿਹੜੀ ਉਹ ਬੰਦੂਕ ਆ ਉਹ ਸਪੋਰਟਸ ਲਈ ਆ ਸਿਰਫ ਹਨਾ ਸਪੋਰਟਸ ਯੂਜ਼ ਲਈ ਤੇ ਨਾਲ ਦੀ ਨਾਲ ਤੁਸੀਂ ਹੁਣ ਏਮ ਪ੍ਰੈਕਟਿਸ ਵੀ ਕਰਿਆ ਕਰਨੀ ਆ ਅਸੀਂ ਬਹੁਤ ਜਲਦੀ ਕਲੱਬ ਵੀ ਆਰ ਜੁਆਇਨ ਕਰ ਰਹੇ ਆ ਜਿਹੜਾ ਆਪਣਾ ਨਿਸ਼ਾਨੇਬਾਜ਼ੀ ਵਾਲਾ ਹੁੰਦਾ ਏਮ ਪ੍ਰੈਕਟਿਸ ਵਾਲਾ ਸ਼ਾਰਪ ਸ਼ੂਟਰ ਕਲੱਬ ਤਾਂ ਬਹੁਤ ਜਲਦੀ ਆਪਾਂ ਜੁਆਇਨ ਕਰ ਰਹੇ ਹਾਂ ਉਹਦੇ ਕਰਕੇ ਆਪਾਂ ਲੈ ਰਹੇ ਹਾਂ ਕਿਉਂਕਿ ਨਿਸ਼ਾਨਾ ਪੱਕਾ ਹੋ ਜਾਵੇ ਹਾਂ ਏਮ ਸੈੱਟ ਹੋ ਜਾਵੇ ਨਾ ਫਿਰ ਵਧੀਆ ਰਹਿੰਦਾ ਹਨਾ ਮੈਂ ਤੇ ਹਰ ਸਫੌਜ ਦੀ ਭਰਤੀ ਦੇਖਦੇ ਆ ਫਿਰ ਉੱਥੇ ਜਾ ਕੇ ਨਾ ਕਰਨਾ ਸਹੀ ਗੱਲ ਆ ਬਾਈ ਮੈਂ ਤਾਂ ਬਾਈ ਸੱਚੀ ਕਹਿੰਦਾ ਮੈਂ ਦੇਖੀ ਸੀ ਇੱਕ ਵਾਰੀ ਫੌਜ ਦੀ ਭਰਤੀ ਫੌਜ ਨਹੀਂ ਦੇਖੀ ਸੀ ਪੁਲਿਸ ਵਾਲੀ ਦੀ ਦੇਖੀ ਸੀਗੀ ਤੇ ਉਹ ਪਤਾ ਨਹੀਂ ਕਿੰਨੇ ਮੇਰੇ ਕੰਨ ਭਰਤੇ ਕਹਿੰਦਾ ਯਾਰ ਤਾਂ ਪੈਸੇ ਬਹੁਤ ਲੱਗਦੇ ਆ ਵੀ ਭੱਜ ਭੱਜ ਕੇ ਲੋਕ ਹਰ ਜਾਂਦੇ ਆ ਪਰ ਬਾਅਦ ਚ ਪੈਸੇ ਜਿਹੜਾ ਭਰ ਦਿੰਦਾ ਹਨਾ ਉਹਨੂੰ ਰੱਖ ਲੈਂਦੇ ਪਤਾ ਨਹੀਂ ਮੈਨੂੰ ਕਿੰਨੇ ਕਹਿ ਤਾਂ ਉਹੀ ਕਿਸੇ ਨੇ ਯਾਰ ਦੋਸਤ ਨੇ ਕੰਨ ਭਰਤੇ ਹੋਣੇ ਆ ਮੈਂ ਕਿਹਾ ਕਿੰਨੇ ਪੈਸੇ ਚਾਹੀਦੇ ਕਹਿੰਦਾ 5 ਲੱਖ ਰੁਪਈਆ ਉਸ ਟਾਈਮ ਤਾਂ ਇੰਨੇ ਪੈਸੇ ਹੈ ਨਹੀਂ ਸੀਗੇ ਯਾਰ ਤਾਂ ਕਰਕੇ ਮੈਂ ਕਿਹਾ ਚਲੋ ਯਾਰ ਇਹ ਨਹੀਂ ਦਈਏ ਇਹ ਪੁਲਿਸ ਵਾਲੇ ਆਪਣੇ ਲਈ ਨਹੀਂ ਬਣੇ ਯਾਰ ਉਹ ਬਾਹਲੀ ਮਿਹਨਤ ਆ ਪੁਲਿਸ ਵਾਲੀ ਚੀਜ਼ 'ਚ ਯਾਰ ਤਾਂ ਕਰਕੇ ਮੈਂ ਕਿਹਾ ਚਲੋ ਰਹਿ ਨਹੀਂ ਦਿੰਦੇ ਆ ਓਏ ਕੜੇ ਮਰੀ ਜਾਂਦਾ ਘੜੀ ਤੇ ਉਹ ਵੀ ਫਿਰ 800 ਵਾਲੀ ਹੋਈ ਆ ਸਾਲਾ 10 ਕਰੋੜ ਦੀ ਘੜੀ ਆ ਰੋਲੈਕਸ ਦੀ ਇਹ 800 ਕਰੋੜ ਗਿਆ ਯਾਰ ਵੀਰੇ ਮੈਂ ਤਾਂ 10 ਕਰੋੜ ਤੇ ਉਹ ਮੈਨੂੰ ਡਿਸਕਾਊਂਟ ਕਰਕੇ ਉਹਨੇ 1200 ਦੀ ਦੇਤੀ ਹੱਸ ਨਾ ਵੀਰੇ ਜਮਾਂ ਸਹੀ ਗੱਲ ਆ ਇਹ ਵੀਰੇ ਮੇਰੇ ਕਹਿੰਦਾ 800 ਦੀ ਲਈ ਸੀ ਇਹ ਉਹ ਵੀਰੇ ਮੈਨੂੰ ਜਾਣਦੇ ਹੀ ਰੋਲੈਕਸ ਕਰਕੇ ਆਉਂਦੇ ਕਰਕੇ ਸਮਝਿਆ ਮੰਨ ਗਿਆ ਯਾਰ ਬਾਈ ਐਵੇਂ ਨਾਲੇ ਵਲੌਗ 'ਚ ਨਾ ਬੋਲਿਆ ਕਰੇ ਹੋਈਆਂ ਚੀਜ਼ਾਂ ਹੁਣ ਯਾਰ ਬੁੱਟਰ ਨੂੰ ਉਡੀਕਦੇ ਪਏ ਆ ਬੁੱਟਰ ਆਉਂਦਾ ਅਸੀਂ ਤਾਂ ਤੁਹਾਨੂੰ ਪਤਾ ਇਹਦਾ ਪੈਦਾ ਨਾ ਭਰਾਵੋ ਦੇਖ ਲਓ ਇਹਦਾ ਤਰਕੇ ਹੋ ਗਏ ਦੋਨੇ ਯਾਰ ਯਾਰ ਹੋ ਜਾਂਦੇ ਆ ਸਾਹਮਣੇ ਘਰ ਵੀ ਪੁੱਛੇ ਰਹੇ ਹੁਣ ਬੁੱਟਰ ਆਉਂਦਾ ਉਹਦੇ ਨਾਲ ਫਿਰ ਜਾਵਾਂਗੇ ਅੱਗੇ ਗੱਡੀ ਵੀ ਉਧਰੋਂ ਬੈਗ ਹੀ ਲੈ ਕੇ ਜਾਂਦਾ ਮੈਂ ਕਹਿੰਦਾ ਹੁਣ ਬੈਗ ਭਜਾਉਣ ਦਾ ਬੜਾ ਚਾਅ ਵਾ ਹੁਣ ਸਿੱਧੀ ਵੀ ਨਹੀਂ ਤੁਰਦੀ ਉਹ ਜਾ ਕੇ ਗੱਡੀ ਵੀ ਦੇਖ ਕੇ ਆਈਏ ਕਿੱਥੇ ਤੱਕ ਪਹੁੰਚੀ ਹੈ ਨਾ ਆਪਣੀ ਜਾ ਕੇ ਦੇਖੀ ਨਹੀਂ ਲੈ ਇੱਕ ਵਾਰੀ ਬੰਦੂਕ ਲੈ ਆਈਏ ਯਾਰ ਫੇਰ ਦੇਖਾ ਇਹ ਗੱਡੀ ਹੁਣ ਬੁੱਟਰ ਨੂੰ ਫੋਨ ਲਾਉਂਦੇ ਆ ਵੀ ਆ ਜਾਵੇ ਯਾਰ ਫਟਾਫਟ ਸਕੋਪ ਮਿਲ ਜੂ ਆਪਾਂ ਨੂੰ ਕਿ ਨਹੀਂ ਅੱਜ ਸਕੋਪ ਦਾ ਵੀ ਮੈਂ ਕਰ ਲਿਆ ਹੱਲ ਯਾਰ ਤੇਰੇ ਹੱਲੇ ਹਜੇ ਹੀ ਹੁੰਦੇ ਉੱਥੇ ਜਾ ਕੇ ਤੂੰ ਕਹਿੰਦਾ ਯਾਰ ਨਹੀਂ ਬਾਬੇ ਕੱਢੂ ਆਊਗਾ ਪਤਾ ਕੀ ਚੱਕਰ ਆ ਯਾਰ ਸਕੋਪ ਦਾ ਇੱਕ ਚੱਕਰ ਆ ਜਿਹੜਾ ਇਹਨਾਂ ਕੋਲ ਸਕੋਪ ਪਏ ਆ ਨਾ ਉਹ ਬਿਨਾ ਬਿੱਲ ਤੋਂ ਆ ਮਤਲਬ ਬਿੱਲ ਹੈ ਨਹੀਂ ਉਹਨਾਂ ਦੇ ਬਿਨਾ ਬਿੱਲ ਤੋਂ ਆਪਾਂ ਕੋਈ ਚੀਜ਼ ਲੈਣੀ ਨਹੀਂ ਜੀਐਸਟੀ ਤੋਂ ਬਿਨਾ ਕਿਉਂਕਿ ਜੀਐਸਟੀ ਹੈ ਨਾ ਚਾਹੀਦਾ ਹੁੰਦਾ ਯਾਰ ਜ਼ਰੂਰੀ ਹੁੰਦਾ ਜੀਐਸਟੀ ਤੇ ਚੀਜ਼ ਲੈਣੀ ਚਾਹੀਦੀ ਆ
ਤਾਂ ਕਰਕੇ ਉਹ ਆਪਾਂ ਕੰਪਨੀ ਚੋਂ ਮੰਗਾਵਾਂਗੇ, ਦੂਰਬੀਨ ਲਿਆ ਕੇ ਮੈਂ ਪੜਨ ਕੇ ਤੁਰੀ ਆਏ ਸਭ ਨੂੰ ਸਾਹਮਣੇ ਲਾਵਾਂਗੇ। ਕੀ ਯਾਰ ਤੂੰ ਕੀ ਕਾ ਸੋਚੀ ਜਾਂਦਾ ਹੈ, ਚੰਗੇ ਭਲੇ ਸਕੋਪ ਬਣੇ ਹੋਇਆ ਵੀਰੇ ਗੰਨਾਂ ਲਈ ਪ੍ਰੋਪਰ, ਫਿਰ ਦੂਰਬੀਨ ਵੀ ਉਹੀ ਆ। ਪਰ ਇੰਨੀ ਗੱਲ ਆ, ਅੱਜ ਦਾ ਜਿਹੜਾ ਵਲੌਗ ਆ ਨਾ ਬਾਅਦ ਦੇਖਣ ਲੱਗ ਗਈ, ਬਾਅਦ ਚੋਂ ਗੱਲ ਕਰਦਾ। ਅੱਗੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਲਾਸਟ ਟਾਈਮ ਯਾਰ ਆਪਾਂ ਬਹੁਤ ਵਧੀਆ ਮਾਊਂਟ ਯਾਰ ਲਈ ਸੀ ਗੇਮ ਦੇ ਵਿੱਚੋਂ, ਤੁਹਾਡੀ ਉਹਦਾ ਪੋਜ਼ਿਟਿਵ ਰਿਐਕਸ਼ਨਸ ਮੈਨੂੰ ਮਿਲੇ ਸੀਗੇ ਉਹ ਗੇਮ ਦੇ ਲਈ। ਅੱਜ ਆਪਾਂ ਫਿਰ ਖੇਡਾਂਗੇ ਤੇ ਜਿੱਤਾਂਗੇ ਵੀ ਕ੍ਰੈਸ਼ 1x ਤੇ। ਅੱਜ ਮੈਂ 2000 ਰੁਪਏ ਲਊਂਗਾ, ਤੁਸੀਂ ਦੇਖ ਸਕਦੇ ਹੋ, ਤੇ ਆਹ ਮੈਂ ਕਲਿੱਕ ਕੀਤਾ ਤੇ ਹੁਣ ਤੁਸੀਂ ਇਹਦੇ ਵਿੱਚ ਯਾਰ ਟੇਕ ਵਿਨਿੰਗਸ ਤੇ ਕਲਿੱਕ ਕਰਨਾ ਵਾ ਕ੍ਰੈਸ਼ ਹੋਣ ਤੋਂ ਪਹਿਲਾਂ ਪਹਿਲਾਂ ਇਸ ਜਹਾਜ਼ ਨੂੰ, ਤੇ ਤੁਸੀਂ ਦੇਖ ਸਕਦੇ ਹੋ ਸੁਪਰ। ਤੁਸੀਂ ਦੇਖ ਸਕਦੇ ਹੋ ਕਿ ਮੈਂ ਹੁਣ ਯਾਰ ਮੈਂ 5000 ਰੁਪਈਆ ਯਾਰ ਇੱਥੋਂ ਲੈ ਚੁੱਕਿਆ, ਤੇ ਕਹਿੰਦਾ ਇਹਦਾ ਫਾਸਟ ਈਜ਼ੀ ਸੀਗਾ ਯਾਰ ਇਹ, ਤੇ ਤੁਸੀਂ ਵੀ ਬਿਲਕੁਲ ਵੀ ਯਾਰ ਮਿਸ ਨਾ ਕਰੋ, ਹੁਣੇ ਜਾਓ, ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਫਸਟ ਕਮੈਂਟ ਦੇ ਵਿੱਚ ਹੈਗਾ। ਰਜਿਸਟ੍ਰੇਸ਼ਨ ਟਾਈਮ ਰਿਹਾ, ਪ੍ਰੋਮੋ ਕੋਡ ਯੂਜ਼ ਕਰੋ 1BEI, ਤੁਹਾਨੂੰ ਮਿਲ ਜੂਗਾ 42000 ਰੁਪਈਆ ਤੁਹਾਡੇ ਫਸਟ ਡਿਪੋਜ਼ਿਟ ਤੇ। ਚਲੋ ਹੁਣ ਆਪਾਂ ਵੀਡੀਓ ਦੇ ਵਧਦੇ ਆ। ਕਦੇ ਚੈਨ ਲਾ ਦਿੰਦਾ ਹੁਣ ਟਾਇਰ ਕਿੱਥੇ ਹੀ ਜਾਂਦਾ। ਨਿਕਲਿਆ ਜਾ ਕੇ, ਓਏ ਓਏ ਨਾ ਲੱਗੇਗਾ ਰਹਿਣ ਦੇ। ਅੱਜ ਤੱਕ ਨਾ ਮੈਂ ਕਿਸੇ ਮੋਟਰਸਾਈਕਲ ਦੀ ਚੈਨ ਉੱਤਰ ਦੀ ਨਹੀਂ ਦੇਖੀ, ਇਹਨੇ ਉਹ ਵੀ ਦਿਖਾ ਦਿੱਤੀ। ਕੁਣੀ ਤਾਂ ਕੇ ਫਿਰ ਦਿਖਾਵਾਂ ਇੱਕ ਮਿੰਟ, ਨਹੀਂ ਰਹਿਣ ਦੇ ਰਹਿਣ ਦੇ, ਆ ਮੈਂ ਚੜਾ ਦੂੰ। ਬਈ ਮੋਟਰਸਾਈਕਲ ਦੀ ਫਿਰ ਵੀ ਠੀਕ ਆ, ਬੁਲਟ ਦੀ ਵੀ ਚੈਨ ਲਾ ਦਿੱਤੀ। ਆਉਂਦਾ ਪਿਆ ਹੁਣ ਬੁੱਟਰ ਕਹੋ ਦਾ, 15 ਮਿੰਟ ਕਰੀ ਜਾਂਦਾ ਤੇ ਘੰਟਾ ਹੋ ਗਿਆ ਪੂਰਾ, ਹਜੇ ਤੱਕ ਨਹੀਂ ਆਇਆ। ਆਵਣ ਵਿਚਾਰਾ ਯਾਰ ਸਾਡੇ ਮੂੰਹਾਂ ਜਿਹਾ ਵੱਲ ਦੇਖੀ ਜਾਂਦਾ ਸੀ, ਪਤਾ ਨਹੀਂ ਕਿੱਥੇ ਚੱਲਿਆ, ਤਿਆਰ ਤਿਉਰ ਹੋ ਗਿਆ। ਮਹੀਨਾ ਦੇ ਬਾਅਦ 'ਚ ਮੈਂ ਵੀ ਕਿਤੇ ਜਾਣਾ ਵਾ, ਇਹਨੂੰ ਇਹ ਵੀ ਮੈਨੂੰ ਪੁੱਛ ਜਿਹੀ ਨਹੀਂ ਰਹੀ, ਮਾੜੀ ਮੋਟੀ ਸਲਾਹ ਵੀ ਨਹੀਂ ਮਾਰ ਰਹੇ ਯਾਰ ਵੀ, ਹੈਨਾ ਸਾਬਣ ਸੂਬਣ ਘਰ ਦੇ ਕੰਮ ਯਾਰ, ਹੁਣ ਤੂੰ ਸਮਝ ਰਿਹਾ ਨਾ ਛੋਟੇ ਭਰਾ ਦਾ ਕੀ ਫਰਜ਼ ਆ, ਬਸ ਇਹਨੂੰ ਕੀ ਸੋਚ ਕੇ ਪੈਦਾ ਕੀਤਾ ਸੀ, ਸਮਝ ਰਿਹਾ ਵਾ ਨਾ। ਬਸ ਠੀਕ ਕੀ ਹਾਲ ਆ ਸਰਪ੍ਰਾਈਜ਼ ਦੇਣਾ ਵਾ ਬਹੁਤ ਤਗੜਾ, ਇਹ ਪਤਾ ਕੀ ਚੱਕਰ ਆ, ਲੇਟ ਪਤਾ ਕਿਉਂ ਆਉਣ ਲੱਗਿਆ ਯਾਰ, ਇੱਕ ਵਾਰੀ ਨਾ ਦੱਸੀ ਆਪਾਂ ਗੱਲ ਬੁੱਟਰੇ, ਇੱਕ ਵਾਰੀ ਕੀ ਹੋਇਆ
ਅਸੀਂ ਨਾ ਇੱਕ ਯਾਰ ਦੋਸਤ ਤੋਂ ਨਾ ਲੈਂਜ ਲੈਣਾ ਸੀਗਾ, ਉੱਧਰ ਹੀ ਵੀਡੀਓ ਬਣਾਉਣੇ ਹੁੰਦੇ ਸੀ ਬੀਂਗ ਸਰਦਾਰ ਵਾਲੀਆਂ, ਅਤੇ ਉਹ ਕਹਿੰਦਾ ਵੀ ਤੁਸੀਂ ਨਾ, ਉਹਦਾ ਪਿੰਡ ਸੀਗਾ ਇੱਥੋਂ 60 ਕਿਲੋਮੀਟਰ ਦੂਰ, ਉਹ ਕਹਿੰਦਾ ਵੀ ਤੁਸੀਂ ਨਾ ਮੇਰੇ ਕੋਲ ਸਵੇਰ ਦੇ 8 ਵਜੇ ਆ ਜਾਇਓ। ਅਤੇ ਯਾਰ ਸਾਨੂੰ ਲੋੜ ਸੀਗੀ, ਅਤੇ ਸਵੇਰ ਦੇ 8 ਵਜੇ ਮਤਲਬ ਉਹ ਵੀ 60 ਕਿਲੋਮੀਟਰ, ਮਤਲਬ ਸਾਨੂੰ 6 ਵਜੇ ਤੁਰਨਾ ਪੈਣਾ ਸੀਗਾ। ਤਾਂ ਮੈਂ ਤੇ ਬੂਟਰ ਭਰਾਵਾ ਸਪਲੈਂਡਰ ਤੇ ਤੁਰ ਗਏ ਨੀ, ਠੰਡ ਵਿੱਚ ਤੁਰ ਗਏ। ਜੇ ਉਹਦੇ ਜਾ ਕੇ ਹੀ ਪਿੰਡ ਤੇ ਪੂਰੇ 8 ਵਜੇ ਪਹੁੰਚ ਗਏ, ਇਹਨੂੰ ਫੋਨ ਲਾਇਆ ਸੀਗਾ ਵੀਰੇ ਤੁਹਾਡੇ ਪਿੰਡ ਪਹੁੰਚ ਗਿਆ ਨਾ, ਕੌਣ ਵੀਰੇ? ਮੈਂ ਕਿਹਾ ਵੀਰੇ ਯਾਰ ਇਹੀ ਉਹੀ, ਮੈਂ ਕਿਹਾ ਲੈਂਜ ਲੈ ਕੇ ਆਉਣਾ ਸੀਗਾ, ਜਾਣਦਾ ਸਾਨੂੰ ਸੀਗਾ, ਨੀਂਦ ਚ ਉਹਨੂੰ ਪਤਾ ਨਾ ਲੱਗੇ ਕੀ ਯਾਰ ਕੀ ਹਿਸਾਬਤਾ ਹੋ ਰਿਹਾ। ਤੇ ਮੈਨੂੰ ਕਹਿੰਦਾ ਵੀਰੇ ਯਾਰ ਕੀ ਹੋ ਗਿਆ, ਇਹਦੀ ਛੇਤੀ ਛੇਤੀ ਆ ਗਿਆ। ਮੈਂ ਕਿਹਾ ਵੀਰੇ ਤੁਸੀਂ ਆਪ ਤਾਂ ਕਿਹਾ ਸੀ ਵੀ 8 ਵਜੇ ਆਉਣਾ। ਕਹਿੰਦਾ ਭਰਾਵਾ ਆਪਾਂ ਪੰਜਾਬੀ ਆ, ਜੇ ਮੈਂ ਤੈਨੂੰ 8 ਵਜੇ ਕਿਹਾ ਤੂੰ ਕਮ ਸੇ ਕਮ 12 ਵਜੇ ਆ। ਉਹ ਦਿਨ ਗਿਆ ਅੱਜ ਦਾ ਦਿਨ ਆਇਆ, ਮੰਡੀਰ ਕਦੇ ਵੀ ਨਹੀਂ ਆਈ। ਨਹੀਂ ਕਹਿ ਰਹੀ ਤੂੰ, ਨੀ ਯਾਰੀ ਤੂੰ ਤਾਂ ਉਵੇਂ ਸਾਡਾ ਬਹੁਤ ਲੇਟ ਆਉਂਦਾ। ਇਹਨੂੰ ਜੇ ਕਹਿ ਦੀਏ ਨਾ ਵੀ ਮਨੀ ਦਿਨ 12 ਵਜੇ ਆ, ਫਿਰ 1 ਵਜੇ ਆਊ, ਮਤਲਬ ਕਮ ਸੇ ਕਮ 2 ਘੰਟੇ ਦਾ ਗੈਪ ਜਾਂ 1.5 ਘੰਟੇ ਦਾ ਗੈਪ ਲੈ ਕੇ ਫਿਰ ਆਉਂਦਾ ਇਹ ਵੀ। ਚੱਲ ਆ ਜਾਂਦਾ, ਪਰ ਕੱਲ ਨੀ ਇਹ ਆਇਆ, ਏਡਾ ਕਮੀਨਾ ਬੰਦਾ ਨਾ। ਕੱਲ ਭਰਾਵਾ ਪਤਾ ਕੀ ਹੋਇਆ, ਕੱਲ ਯਾਰ ਜਾਣਾ ਸੀਗਾ ਹਨਾ ਲੁਧਿਆਣੇ, ਇਹਨੂੰ ਮੈਂ ਫੋਨ ਲਾਈ ਜਾਵਾਂ, ਮੈਂ ਤਾਂ ਵਿਆਹ ਤੇ ਆ। ਮੈਂ ਕਿਹਾ ਚੱਲ 3 ਵਜੇ ਯਾਰ 3 ਵਜੇ ਆ ਜੀ, ਆ ਜੂੰਗਾ 3 ਵਜੇ ਫੋਨ ਲਾਇਆ। ਇਹ ਤਾਂ ਹਜੇ ਰੀਬਨ ਕੱਟ ਰਹੇ ਆ, ਹਜੇ ਤੱਕ ਰੀਬਨ ਹੀ ਨਹੀਂ ਕੱਟਿਆ ਗਿਆ। ਜੇ ਤੂੰ ਕਿਹਾ ਵਾ ਫਿਰ ਤੂੰ ਆ ਗਿਆ ਵੀ, ਉਦੋਂ ਬਾਅਦ ਫੋਨ ਹੀ ਨਹੀਂ ਚੱਕਿਆ। ਮੈਂ ਕਿੰਨੇ ਫੋਨ ਲਾਇਆ, ਫੋਨ ਹੀ ਚੱਕਿਆ ਜਿਵੇਂ ਤੂੰ ਹਾਲਾ ਕੱਟਣਾ ਆਉਂਦਾ ਨਾ ਸੀ ਰੀਬਨ, ਜਾਂ ਨਾਕਾ ਲਾਇਆ ਹੋਇਆ ਸਾਲੀਆ ਨਾਲ ਤੂੰ। ਤੇ ਉਦੋਂ ਬਾਅਦ ਕੀ ਹੋਇਆ, ਰਾਤ ਦੇ 8 ਵਜੇ ਮੈਨੂੰ ਫੋਨ ਆ ਗਿਆ, ਹੈਲੋ। ਹਾਂ ਫੋਨ ਆਏ ਸੀ, ਮੈਂ ਕਿਹਾ ਤੇਰੀ ਗਾਲਾਂ ਕੱਢੀਆਂ ਫਿਰ ਇਹਨੂੰ, ਕਹਿੰਦਾ ਆਪਾਂ ਕੱਲ੍ਹ ਨੂੰ ਚੱਲਾਂਗੇ ਯਾਰ, ਅੱਜ ਤਾਂ ਨਾ ਪਕੌੜਿਆਂ 'ਚ ਬਿਜ਼ੀ ਸੀਗਾ। ਮੈਂ ਕਨਫਿਊਜ਼ ਹਾਂ ਕਿ ਯਾਰ ਆਪਾਂ CO2 ਵਾਲੀ ਹੈ ਨਾ ਗੰਨ ਖਰੀਦੀਏ ਜਾਂ ਫਿਰ ਰਾਈਫਲ, ਹੈ ਨਾ। ਚੱਲ ਦੇਖਦੇ ਹਾਂ ਉੱਥੇ ਜਾ ਕੇ ਆਪਾਂ। ਹੁਣ ਆ ਚੁੱਕੇ ਹਾਂ ਬਾਈ ਜੀ ਸ਼ੌਪ 'ਤੇ ਜਿਹੜੀ ਗੰਨ ਆਪਾਂ ਮੰਗਾਈ ਸੀ ਉਹ ਵੀ ਆ ਚੁੱਕੀ ਆ ਫਾਈਨਲੀ। ਕਮ ਸੇ ਕਮ 10-15 ਦਿਨ ਵੇਟ ਕੀਤੀ ਹੈ, ਹੈ ਨਾ। ਆਪਾਂ ਪਿੱਛੇ ਹੀ ਕਰਵਾਏ ਸੀ ਆਪਾਂ, ਤੇਰੇ ਕੋਲ ਹੈਗਾ ਵੀਰੇ। ਚਲੋ ਬਾਈ ਹੁਣ ਜਾ ਕੇ ਦੇਖਦੇ ਹਾਂ ਕਿਹੜੀ ਗੰਨ ਆ। ਤੇ ਓਹੋ ਹੋ ਹੋ ਬਾਰੀ ਵਾਹ, ਕਿੰਨਾ ਬੋਕਸ ਆ ਦੇਖੀ ਓਏ ਸ਼ੈਰੀ ਬਾਈ ਜੀ। ਕਹਿੰਦੇ ਜਿਹੜੀ ਅਨਬੋਕਸਿੰਗ ਆ ਨਾ, ਇਹੀ ਸਵਾਦ ਹੁੰਦਾ। ਰਾਤ ਦੇ ਸੁਪਨੇ ਆਈ ਜਾਂਦੇ ਜੀ, ਸੁਪਨੇ ਤੈਨੂੰ ਪਰ ਗਲਤੀ ਆ ਰਹੇ ਸੀ, ਸੁਪਨੇ ਨੂੰ ਓਪੋਜ਼ਿਟ ਹੀ ਆਉਂਦੇ ਹੁੰਦੇ ਆ। ਉਹ ਸੁਪਨਾ ਤੂੰ ਆਈ ਕਿਹਾ ਕਰ ਪੂਰਾ ਨਾ ਹੋਵੇ, ਹੁਣ 1x ਲਾ ਕੇ ਨਾ ਬਣਾ ਦੇ ਠੀਕ ਆ। ਭਾਰੀ ਤਾਂ ਪੂਰੀ ਆ, ਇੱਥੇ ਪਤਾ ਲੱਗਦਾ ਸੈਂਪਲ ਵਾਲੇ ਨਾਰਮਲ ਦੇਣਗੇ ਨਾ, ਬਾਕੀ ਫਿਰ ਬਾਅਦ ਚ ਮਿਲਣਗੇ। ਕਿੰਨੀ ਘੈਂਟ ਆ ਯਾਰ, ਹੋਰ ਇਸ਼ਕ
ਮੂੰਹ ਤੇ ਖੁਸ਼ੀ ਦੇਖ ਰਹੀ ਬਾਈ ਇਹ ਨਾ ਬਾਈ ਖੁਸ਼ੀ ਪੁੱਛੋ ਨਾ ਬੰਦੇ ਦੀ ਮਾੜੇ ਟਾਈਮ ਤੇ ਨਾ ਇਹੀ ਅੱਖ ਚ ਵੱਜ ਜਾਂਦੀ ਹੁੰਦੀ ਹੈ ਫਿਰ ਦੱਸ ਦਵਾਂ ਜਸਟ ਐਜੂਕੇਸ਼ਨਲ ਵੀਡੀਓ ਆ ਸਹੀ ਗੱਲ ਹੈ ਠੀਕ ਆ ਆ ਦੇਖੋ ਨਾਈਟਰੋ ਮੇਡ ਇਨ ਇੰਡੀਆ ਨਾਈਟਰੋ ਵਾਹ ਜੀ ਵਾਹ ਐਨਐਕਸ 200 ਤੇ ਭਾਰੀ ਪੂਰੀ ਆ ਬਾਈ ਗੱਲ ਇਹਦਾ ਆਪਾਂ ਵੇਟ ਵੀ ਕਰਾ ਗਏ ਹਨਾ ਚੱਲ ਚੱਲੀ ਚੱਕੀ ਮੈਨੂੰ ਇਹ ਦੱਸ ਉਹ ਵੀ ਪੂਰਾ ਹੈ ਕਾਲਾ ਵਾ ਤੇ ਬਲੈਕ ਵਧੀਆ ਵਾ ਕਿ ਇਹ ਬਲੈਕ ਵੀ ਕਢਾ ਲੈਂਦੇ ਬਾਈ ਤੂੰ ਇੱਕ ਬਲੈਕ ਵੀ ਕਢਾ ਲੈਣੇ ਆ ਇਹ ਨਹੀਂ ਇਹ ਹੋਰ ਇਹ ਹੋਰ ਮਾਡਲ ਆ ਜਿਹੜਾ ਮੇਰਾ ਦਿਲ ਆ ਉਹ ਇਹ ਕਰਦਾ ਕਿਉਂਕਿ ਇਹ ਨਾ ਮਤਲਬ ਬਹੁਤ ਰੇਅਰ ਐਡੀਸ਼ਨ ਆ ਹਾਂ ਮਤਲਬ ਇਹ ਕੰਪਨੀ ਨੂੰ ਸਪੈਸ਼ਲ ਮੰਗਾਉਣਾ ਪੈਂਦਾ ਕਿਉਂਕਿ ਬਲੈਕ ਤਾਂ ਹਰੇਕ ਕੋਲੇ ਆ ਮੇਰੇ ਹਿਸਾਬ ਨਾਲ ਸੋਹਣੀ ਆ ਰਹੀ ਲੱਗਦੀ ਆ ਇਹੀ ਮੈਨੂੰ ਵਧੀਆ ਲੱਗਦੀ ਆ ਤੇ ਕਿਉਂਕਿ ਨਾ ਮੈਂ ਦੇਖਿਆ ਨਾ ਬਹੁਤ ਜ਼ਿਆਦਾ ਯੂਟਿਊਬ ਤੇ ਵੀਡੀਓ ਪਈਆਂ ਹੋਈਆਂ ਨੇ ਇਹਦੀਆਂ ਤੇ ਸਾਰੇ ਕੋਲੇ ਬਲੈਕ ਹੀ ਆ ਮੈਂ ਕਿਹਾ ਜਿਹੜੀ ਸਾਰਿਆਂ ਕੋਲੇ ਆ ਉਹ ਆਪਾਂ ਕਹਿੰਦੇ ਨੇ ਸਹੀ ਗੱਲ ਇਹ ਤਾਂ ਹੈ ਬਾਕੀ ਮਨ ਨੂੰ ਚੱਜਣੀ ਚਾਹੀਦੀ ਯਾਰ ਇੰਨੇ ਪੈਸੇ ਲਾਉਣੇ ਆ ਨਾ ਕਰੇਗਾ ਬਾਈ ਅਸਲੀ ਗੱਲ ਅਸਲੀ ਗੱਲ ਨੂੰ ਸਫਾਈ ਕਰਨੀ ਪੈਣੀ ਵੀਰੇ ਬਸ ਕੁੱਤੇ ਮਾਰ ਲੈਣੇ ਕੁਛ ਵੀ ਨੀ ਆਹ ਮਿਲਦਾ ਮਰੂੰਡਾ ਜਿਹਾ ਕੀ ਹੁੰਦਾ ਇੱਕ ਗੱਲ ਦੱਸ ਦਵਾਂ ਇਹ ਗੱਲ ਨੀ ਬਿਲਕੁਲ ਵੀ ਲਾਇਸੈਂਸ ਦੀ ਲੋੜ ਨਹੀਂ ਹੈਗੀ ਤੁਸੀਂ ਆਹ ਦੇਖ ਸਕਦੇ ਹੋ ਜਿਹੜਾ ਆਮ ਰੂਲਸ ਆਇਆ ਸੀਗਾ 2016 ਦੇ ਵਿੱਚ ਉਹਦੇ ਵਿੱਚ ਇਹਦੇ ਲਈ ਕੋਈ ਵੀ ਲਾਇਸੈਂਸ ਦੀ ਰਿਕੁਆਇਰਮੈਂਟ ਨਹੀਂ ਹੁੰਦੀਗੀ ਕਿਉਂਕਿ ਜਿਹੜੀਆਂ ਇਹ ਹੁੰਦੀਆਂ ਨੇ 177 ਕੈਲੀਬਰ ਠੀਕ ਆ ਇਹਦਾ ਮਤਲਬ ਹੁੰਦਾ ਕਿ ਜਿਹੜੀਆਂ ਗੰਨਾਂ ਨੇ ਇਹ 20 ਜੋਲ ਤੋਂ ਘੱਟ ਹੁੰਦੀਆਂ ਨੇ ਪਾਵਰ ਘੱਟ ਹੁੰਦੀ ਆ ਉਹ ਘੱਟ ਹੁੰਦੀ ਆ ਤਾਂ ਜੇ ਆਪਾਂ ਇਹਨੂੰ ਕਿਸੇ ਦੇ ਮਾਰਾਂਗੇ ਤਾਂ ਬੰਦਾ ਮਰਦਾ ਨੀਗਾ ਠੀਕ ਆ ਬਾਕੀ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਚਰੌਂਦ ਪਾ ਕੇ ਕੈਰੀ ਦੇ ਕੈਰੀ ਵਾਲਾ ਖੜੀ ਖੜੀ ਮੜਿਆ ਧੂਆ ਕਰੀ ਧੂਆ ਪਾ ਚੱਲਿਆ ਇਹ ਸਪੋਰਟਸ ਲਈ ਵੀ ਵਰਤੀਆਂ ਜਾਂਦੀਆਂ ਵਾ ਜ਼ਿਆਦਾਤਰ ਸਪੋਰਟਸ ਲਈ ਆਮ ਪ੍ਰੈਕਟਿਸ ਇਹ ਮੈਂ ਲਈ ਆ ਮੈਂ ਤਾਂ ਲਈ ਆ ਕਿਉਂਕਿ ਜਿਹੜੀ ਆਪਣੀ ਏਮ ਪ੍ਰੈਕਟਿਸ ਆ ਨਾ ਹਾਂ ਉਹ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਇਹ ਨਾਲ ਉਹ ਕਰਿਆ ਕਰੂੰ ਮੈਂ ਤੇ ਯਾਰ ਹੋਰ ਤਾਂ ਕੋਈ ਇਹਦਾ ਸੀਨ ਨਹੀਂ ਹੈਗਾ ਬੁੱਟਰ ਦੇਖੋ ਇਹਨੂੰ ਫੜ ਕੇ ਦੇਖ ਇੱਕ ਮਾੜਾ ਛਰਾ ਮਾਰ ਕੇ ਦੇਖੀਏ ਇੱਕ ਛਰਾ ਮਾਰ ਕੇ ਦੇਖਣਾ ਬਸ ਲੈਣਾ ਚੱਲ ਫਿਰ ਹੋਰ ਇੱਕ ਡੱਬੇ ਦੀ 500 ਦੀ ਆ ਇੱਕ ਥੋੜਾ ਹਲਕੇ ਵਾਲੀ ਵੀ ਲੈ ਲਈ ਖਰੀਦੀ ਸਹੀ ਗੱਲ ਆ ਘਰੇ ਜਾ ਕੇ ਹੁਣ ਘਰ ਦੇ ਨੂੰ ਵੀ ਦਿਖਾਵਾਂਗੇ ਕਰਾ ਕੇ ਰੀ ਪੈਕ ਨਾਲ ਪੈਕ ਹੁਣ ਸੱਤਾ ਕਰੀ ਆ ਨਾ ਮੈਂ ਤੇ ਹੋਰ ਰਸਤੇ ਚ ਹੁੰਦੀ ਆ ਨਾ ਲੋਕਾਂ ਨੇ ਸ਼ੌਕ ਕਰਦੇ ਆ ਇਹ ਵੀਰੇ ਸਿਰਫ ਸਪੋਰਟ ਲਈ ਆ ਹਾਂ ਸਾਲ ਤੋਂ ਬਾਹਰ ਨਹੀਂ ਨਾ ਰੋਡ ਤੇ ਨਾ ਕਿਤੇ ਹੋਰ ਆਪਦੇ ਘਰੇ ਆਪਾਂ ਇੱਕ ਰੇਂਜ ਬਣਾਉਣੀ ਆ ਹੁਣ ਉੱਥੇ ਆਰਾਮ ਨਾਲ ਬਸ ਆਪਾਂ ਟਾਰਗੇਟ ਪ੍ਰੈਕਟਿਸ ਕਰਾ ਕਰਾਂਗੇ ਠੀਕ ਆ ਪਲਾਟ ਦੇ ਬਣਾ ਲਈਏ ਉੱਥੇ ਹਾਂ ਉੱਥੇ ਬਣਾਵਾਂਗੇ ਠੀਕ ਹੈ ਨਾ ਕੋਈ ਆਵੇ ਨਾ ਕੋਈ ਜਾਵੇ ਸਹੀ ਗੱਲ ਆ ਪਲਾਟ ਵਿੱਚ ਬਣਾ ਕੇ
ਸ਼ੂਟਿੰਗ ਨੂੰ ਘਰੇ ਜਾ ਕੇ ਅਮਨ ਨੂੰ ਸਰਪ੍ਰਾਈਜ਼ ਦਿੰਦੇ ਆ ਕਿਉਂਕਿ ਉਹਨੂੰ ਤਾਂ ਬਾਹਲਾ ਚਾਅ ਮੇਰੇ ਨਾਲ ਵੀ ਜ਼ਿਆਦਾ ਕੱਲ ਦਾ ਕਰੀ ਜਾਂਦਾ ਬਾਈ ਜਲਦੀ ਲੈ ਕੇ ਆ ਚਲੋ ਚਲੀਏ ਪੂਰੀ ਗੱਡੀ ਜਿੰਨੀ ਆ ਪੂਰੀ ਹੈਨਾ ਪੂਰੀ ਗੱਡੀ ਹਾਂ ਤੂੰ ਡਿੱਗੀ ਚ ਬਹਿ ਜਾ ਨਹੀਂ ਤਾਂ ਬਸ ਚੜ ਕੇ ਆ ਜਾ ਆਪਾਂ ਤਾਂ ਗੱਲ ਲੈਣੀ ਸੀ ਇੰਨੀ ਪਿਆਰੀ ਆ ਮੈਨੂੰ ਇਹ ਹੁਣ ਬਾਈ ਹੋਰ ਸ਼ਰੇ ਲੈ ਲਿਆ ਤੇ ਇਹ ਤਾਂ ਬਾਹਲੇ ਜ਼ਿਆਦਾ ਤਗੜੇ ਆ ਦੇਖੀ ਪੂਰੇ ਤਿੱਖੇ ਤਿੱਖੇ ਆ ਬਾਬਾ ਹਨਾ ਕਹਿਰੀ ਇਹ ਤੇਰੀ ਇਹੋ ਜਿਹੀ ਥਾਂ ਤੇ ਨਹੀਂ ਮੇਰੀ ਗੱਲ ਸੁਣੋ ਜੋ ਅਸੀਂ ਗੱਲਾਂ ਕਰ ਰਹੇ ਜਸਟ ਇੱਕ ਮਜ਼ਾਕ ਆ ਕਿਸੇ ਦੇ ਨਹੀਂ ਅਸੀਂ ਮਾਰਨੀ ਇਹ ਠੀਕ ਆ ਜੋ ਅਸੀਂ ਗੱਲਾਂ ਕਰਦੇ ਨਾ ਸਿਰਫ ਮਜ਼ਾਕ 'ਚ ਕਰਦੇ ਹਾਂ ਇਹ ਕਿਸੇ ਦੀ ਚੀਜ਼ 'ਤੇ ਆਪਾਂ ਕਦੇ ਵੀ ਨਹੀਂ ਮਾਰਨੀ ਮਤਲਬ ਉਹਦਾ ਚਲੋ ਇਹਨੂੰ ਮਾਰਨਾ ਕੁਝ ਹੁੰਦਾ ਨਹੀਂ ਮਤਲਬ ਖੂਨ ਤੱਕ ਵੀ ਨਹੀਂ ਨਿਕਲਦਾ ਕਿਉਂਕਿ ਬੋਹੇ ਦਾ ਘੱਟ ਡੈਮੇਜ ਆ ਬਟ ਫਿਰ ਵੀ ਰਿਸਕਾ ਤੋਂ ਲੈਣਾ ਆਪਾਂ ਹਨਾ ਸਹੀ ਗੱਲ ਆ ਬਾਕੀ ਵੀ ਯਾਰ ਲੈਣਾ ਵਰਤੀ ਕੰਮ ਕਾ ਕੇ ਸਪੋਰਟਸ ਲਈ ਜਾਂਦੀ ਆ ਸਪੋਰਟਸ ਲਈ ਸਿਰਫ ਏਮ ਪ੍ਰੈਕਟਿਸ ਲਈ ਉਹੀ ਵਧੀਆ ਰਹਿੰਦਾ ਹਨਾ ਕਿਉਂਕਿ ਫਾਲਤੂ ਦਾ ਕੋਈ ਹੋਰ ਯੂਜ਼ ਹੈ ਨਹੀਂ ਇੱਕ ਹੋਰ ਗੱਲ ਆ ਵੀ ਜੇ ਹੈ ਬਾਹਲੀ ਵੱਡੀ ਆ ਨਾ ਕੋਈ ਨਾਲ ਇਹਨੂੰ ਇੱਦਾਂ ਕੈਰੀ ਵੀ ਨਹੀਂ ਕਰ ਸਕਦਾ ਤਾਂ ਕਰਕੇ ਇਹਨਾਂ ਕੋਈ ਗਲਤ ਯੂਜ਼ ਵੀ ਨਹੀਂ ਹੋ ਸਕਦਾ ਨਾ ਤਾਂ ਕਰਕੇ ਵਧੀਆ ਹੈ ਬਾਈ ਤੇਰੀ ਹੁਣ ਕੰਨ ਪੈਰੇ ਰੱਖ ਓਏ ਹੋਲਿਆ ਉੱਪਰ ਰੱਖ ਉਹਨੂੰ ਹਾਏ ਓਏ ਚੋਬਰਾ ਹੋਣ ਆਇਆ ਨਾ ਸਵਾਦ ਏਦਾਂ ਵੀਰੇ ਇਹਨੂੰ ਮਲੀ ਚੱਲ ਬਣ ਕੇ ਹੈ ਇਹਦੀ ਮਸਾਜ ਕਰ ਪੂਰੀ ਕੱਪੜਾ ਲੈ ਲਾ ਹੱਥ ਤੇ ਕੱਪੜਾ ਮਾਰੀ ਚੱਲ ਇਹਨੇ ਠੀਕ ਆ ਨਾ ਚੁੰਮੀ ਲੈ ਨੀ ਚੁੰਮੀ ਲੈ ਚੱਲ ਚੱਲ ਕਿਸ ਕਰ ਇਹਨੂੰ ਗਲਤ ਪਾਸੇ ਨਾ ਕਰਦੀ ਸਾਲੇ ਦੂਜੇ ਸ਼ਰੇ ਕਿੱਥੇ ਆ ਇੱਕ ਤਾਂ ਗਏ ਤੇਰੇ ਕੋਲ ਹੈਗੇ ਆ ਕਿੱਥੇ ਆ ਨਿੱਕੇ ਵੀ ਹੈਗੇ ਬੰਦ ਕਰ ਦੇ ਬਾਬਾ ਸਹੀ ਤਰੀਕੇ ਨਾਲ ਠੀਕ ਆ ਹੁਣ ਬਸ ਚੱਲਦੇ ਬੁੱਢਾ ਬੈਲਟ ਲਾ ਲਾ ਮੇਰਾ ਵੀਰ 2000 ਰੁਪਇਆ ਹੈਗਾ ਲੱਗਿਆ ਲੱਗਿਆ ਆ ਪਿੱਛੇ ਆ ਦੇਖਾ ਕਰ ਰਾਸ਼ ਕੀ ਕਰ ਵੀਰੇ ਕੋਈ ਨੀ ਹੈਲੋ ਤੂੰ ਮੁੰਡਾ ਨਾ ਹੈਲੋ ਬਹੁਤ ਟਾਈਮ ਤੋਂ ਲੱਭ ਰਿਹਾ ਸੀਗਾ ਕਿ ਏਮ ਪ੍ਰੈਕਟਿਸ ਲਈ ਹਨਾ ਕੋਈ ਗਨ ਮਿਲ ਜਾਵੇ ਜਿਹੜੀ ਇਹ ਗਨ ਆ ਨਾ ਹਾਂ ਨਿੱਕੇ ਹੁੰਦੇ ਤੁਸੀਂ ਬੜਾ ਸ਼ੌਕ ਆ ਏਮ ਪ੍ਰੈਕਟਿਸ ਦਾ ਤਾਂ ਯਾਰ ਮਤਲਬ ਨਿਸ਼ਾਨੇਬਾਜ਼ੀ ਦਾ ਤਾਂ ਮਤਲਬ ਮੈਂ ਨਿੱਕੇ ਬਹੁਤ ਗੰਨਾਂ ਤੋੜੀਆਂ ਨੇ ਜਦੋਂ ਨਿੱਕਾ ਹੁੰਦਾ ਸੀ ਨਾ ਹੁੰਦੇ ਨੀ ਪੀਲੀ ਜਿਹੀ ਗੋਲੀ ਵਾਲੀ ਗੰਨਾਂ
ਉਹਨਾਂ ਉਹ ਨਿਸ਼ਾਨੇ ਲਾਏ ਸਾਰਿਆਂ ਨੇ ਲਾਏ ਹੋਣੇ ਆ ਸਾਰੇ ਨੂੰ ਸ਼ੌਂਕ ਨਹੀਂ ਗਿਆ ਇਹਦਾ ਨਿਸ਼ਾਨਾ ਵੀ ਪੱਕਾ ਹੈਗਾ ਵਾ ਤਾਂ ਕਰਕੇ ਇਹਦਾ ਇਹ ਚੀਜ਼ ਵੱਲ ਧਿਆਨ ਜ਼ਿਆਦਾ ਵਾ ਤੇ ਤਾਂ ਕਰਕੇ ਅਸੀਂ ਖਰੀਦੀ ਆ ਤੈਨੂੰ ਕਹਿੰਦੀ ਮੇਰੀ ਟੱਟੀ ਦੀ ਹੋਏ ਇਹਨੂੰ ਗੁੜਤੀ ਵਿਰਜੀ ਸ਼ੇਰ ਦੀ ਟੱਟੀ ਦੀ ਇਹਨੂੰ ਗੁੜਤੀ ਮਿਲੀ ਹੋਈ ਆ ਮੇਰੇ ਵੀਰੇ ਤੈਨੂੰ ਕਹਿੰਦੀ ਮਿਲੀ ਆ ਗੁੜਤੀ ਹੋਏ ਕੈਮਰੇ ਨੀ ਲੱਗੇ ਕੋਈ ਚੱਕਰ ਨੀ ਬਾਈ ਜੀ ਖੁਸ਼ ਮੁੰਡੇ ਬਾਗੋ ਬਾਗ ਤੁਸੀਂ ਸਾਡੀ ਖੁਸ਼ੀ ਦੇਖ ਕੇ ਵੀ ਅੰਦਰੋਂ ਅੰਦਰ ਖੁਸ਼ੀ ਕੀ ਬੋਲੀ ਜਾਂਦਾ ਖੁਸ਼ੀ 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 ਵੀ ਵਾੜੀ ਆ ਪਤਾ ਨਹੀਂ ਲੱਗਦਾ ਬੋਲਣਾ ਕੀ ਆ ਬਾਈ ਤੁਸੀਂ ਸਾਡੀ ਖੁਸ਼ੀ ਦੇਖ ਕੇ ਅੰਦਰੋਂ ਅੰਦਰ ਖੁਸ਼ ਹੁੰਦੇ ਹੋਵੋਗੇ ਹੁਣ ਸਾਰਾ ਪਤਾ ਰੋਟੀ ਜਿਹੜੀ ਤੁਸੀਂ ਖਾ ਰਹੇ ਨਾ ਆ ਰਿਹਾ ਵਰਕੀ ਵਾਲਾ ਆ ਤੇ ਕਹਿੰਦਾ ਬਾਈ ਵਰਕੀ ਮੂੰਹ ਚ ਪਾਲਾ ਇਹਦਾ ਫਿਰ ਮੇਰੇ ਵਾਲਾ ਕਹਿਣਾ ਵਰਕੀ ਰੋਟੀ ਖਾਂਦਾ ਖਾਂਦਾ ਬਣਾਉਂਦੀ ਹੁੰਦਾ ਹੋਰ ਮੈਂ ਵੀ ਬਹੁਤ ਦੇਖਦਾ ਨਾ ਇਦਾਂ ਨਾ ਰੋਟੀ ਖਾਂਦੇ ਹੋਏ ਵਧੀਆ ਲੱਗਦਾ ਯਾਰ ਉਦੋਂ ਹਨਾ ਬਹੁਤ ਵਾਲੇ ਕਹਿੰਦੇ ਹੁੰਦਾ ਵੀ ਵਲੌਗ ਵੱਡਾ ਰੱਖਿਆ ਕਰੋ ਯਾਰ ਹਾਲੇ ਰੋਟੀ ਨਹੀਂ ਕੰਪਲੀਟ ਹੁੰਦੀ ਸਾਨੂੰ ਕੋਈ ਨੀ ਬਾਈ ਹੁੰਦਾ ਕੋਈ ਹੋਰ ਲਾ ਲਿਆ ਕਰੋ ਹੋਰ ਵਲੌਗ ਲਾ ਲਿਆ ਕਰੋ ਨਹੀਂ ਨਹੀਂ ਤੇਜ਼ ਖਾ ਇੱਦਾਂ ਕਹਿ ਸਹੀ ਗੱਲ ਚਲੋ ਬਾਈ ਹੁਣ ਜਾਂਦੇ ਆ ਜਾ ਕੇ ਸਵਾਦ ਲੈਂਦੇ ਗੰਨ ਹੈ ਤਾਂ ਮਹਿੰਗੀ ਆ ਇਹ ਐਵੇਂ ਤੁਹਾਨੂੰ ਝੂਠ ਬੋਲੀ ਆ ਗੰਨ ਸੱਚੀ ਮਹਿੰਗੀ ਆ ਇਹ ਸਾਡਾ ਬਜਟ ਪਤਾ ਕਿੰਨਾ ਸੀਗਾ 2000 ਰੁਪਇਆ ਮੈਂ ਇਹਨੂੰ ਇਹੀ ਕਿਹਾ ਮੈਂ ਕਿਹਾ 3000 ਰੁਪਏ ਦੀ ਮੈਂ ਗੰਨ ਆ ਜਾਣੀ ਆ ਪਿਛਾਨੇ ਲਾਇਆ ਕਰਾਂਗੇ ਬਹੁਤ ਘੈਂਟ ਆ ਇੰਨੇ ਦੀਆਂ ਵਿਚਾਰੀਆਂ ਗੋਲੀਆਂ ਆਈਆਂ ਗੋਲੀਆਂ ਹੀ ਆਈਆਂ ਕਹਿੰਦੀਆਂ ਪਰ ਇਹ ਆ ਵੀ ਛੋਟੇ ਵੀ ਜਿਹੜੇ ਸੁਪਨੇ ਹਨਾ ਕਈਆਂ ਦਾ ਹੁੰਦਾ ਵੀ ਅਸੀਂ ਵੀ ਯਾਰ ਦੇਖੀਏ ਹਨਾ ਪਰ ਇੰਨੀ ਮਹਿੰਗੀ ਗੱਲ ਲੈਣ ਦਾ ਜਿਗਰਾ ਜਿਹਾ ਨੀ ਹੁੰਦਾ ਹਨਾ ਕਿਉਂਕਿ ਮੇਰਾ ਵੀ ਬਹੁਤ ਔਖਾ ਹੋਇਆ ਯਾਰ ਮਜ਼ਾਕ ਵਾਲੀ ਗੱਲ ਨੀ ਜਿਗਰਾ ਕਰਨ ਲਈ 2 ਜਣੇ ਨਾਲ ਲੈ ਕੇ ਹੋਰ ਮੈਂ ਬਾਜੀ ਪੰਪ ਮਾਰਨ ਨੂੰ ਲੈ ਕੇ ਆਇਆ ਕੈਰੀ ਨੂੰ ਵੀ ਲੈ ਕੇ ਆਇਆ ਕਿਉਂਕਿ ਆਹ ਤਾਂ ਯਾਰ ਸਿਆਣਾ ਵਿਆਹ ਵਰਿਆ ਠੀਕ ਆ ਗੱਡੀ ਜਿਵੇਂ ਆਪਣੀ ਬਚ ਗਈ ਕਦੇ ਆ ਜਾ ਨੀ ਸਕਦੇ ਹੁਣ ਟਾਈਮ ਪਾਸ ਵਧੀਆ ਹੋਇਆ ਕਰੂਗਾ ਹਨਾ ਨਿਸ਼ਾਨੇ ਸ਼ੁਨੇ ਲਾਇਆ ਕਰਨਾ ਹੁਣ ਫਟਾਫਟ ਬਾਈ ਗੁੱਟਰਾ ਗੱਡੀ ਖਿੱਚ ਦੇ ਵਰਾ ਵੀਰ ਬਣ ਕੇ ਯਾਰ ਹੈ ਸਿਰਫ 25,000 ਦਾਰੂ ਪਿਆਈ ਵੱਧ ਤੋਂ ਵੱਧ ਕੀ ਖਾਣਗੇ ਬਰਗਰ ਖਾ ਲੈਣਗੇ ਚਿਕਨ ਖਾ ਲੈਣਗੇ ਵੱਧ ਤੋਂ ਵੱਧ 25,000 ਦੀ ਬੋਤਲ ਹੀ ਮੰਗੀ ਜਾਂਦਾ
ਹੁਣ ਮੇਰੇ ਘਰ ਦੇ ਮੈਨੂੰ ਬਹੁਤ ਗਾਲਾਂ ਕੱਢਣਗੇ ਹਨਾ ਜਦੋਂ ਆਹ ਵਲੌਗ ਦੇਖਣਗੇ ਵੀ ਇਹਨੇ ਇੰਨਾ ਖਰਚਾ ਕਰਤਾ ਹਨਾ ਆਹ ਗੰਨ ਤੇ। ਮੈਂ ਉਹਨਾਂ ਨੂੰ ਇਹੀ ਗੱਲ ਕਹਿਣੀ ਚਾਹੁੰਗਾ ਵੀ ਮੰਮੀ ਡੈਡੀ ਜੀ, ਹੁਣ ਜੇ ਮੈਂ ਇਹੀ ਦਾਰੂ ਪੀ ਲੈਂਦਾ ਹਨਾ, ਇਹੀ ਮੈਂ ਕੋਈ ਗਲਤ ਨਸ਼ਾ ਕਰਦਾ ਹੁੰਦਾ, ਫਿਰ ਵੀ ਤੁਹਾਡੇ ਪੈਸੇ ਖਰਾਬ ਹੋਣੇ ਸੀ। ਹੁਣ ਤੁਹਾਡਾ ਪੁੱਤ ਆਪਦੀ ਮਿਹਨਤ ਦੀ ਕਮਾਈ ਵਧੀਆ ਚੀਜ਼ ਤੇ ਲਾ ਰਿਹਾ। ਦੇਖੋ ਇੱਕ ਤਾਂ ਸੇਫਟੀ ਆ, ਉਲਟਾ ਮੇਰੀ ਹਨਾ ਪ੍ਰੈਕਟਿਸ ਹੋਊਗੀ, ਫਿਰ ਮੈਂ ਅੱਗੇ ਨੈਸ਼ਨਲ 'ਚ ਜਾਊਂਗਾ, ਫਿਰ ਇੰਟਰਨੈਸ਼ਨਲ ਜਾਊਂਗਾ, ਤੁਹਾਡਾ ਨਾਂ ਰੋਸ਼ਨ ਕਰੂੰਗਾ ਦੇਖੋ ਹਨਾ। ਤਾਂ ਕਰਕੇ ਆਦਰ ਸਹਿਤ ਬੇਨਤੀ ਆ ਜਸਵੀਰ ਕੌਰ ਸੁਖਚੈਨ ਸਿੰਘ ਜੀ ਨੂੰ ਕਿ ਮੈਨੂੰ ਕੁਛ ਨਾ ਕਿਹਾ ਜਾਵੇ। ਧੰਨਵਾਦ। ਉਹ ਗੱਲ ਕਰਦਾ ਵੀ ਆ ਦੇਖੋ ਆਪਣਾ ਹੁਣ ਵੀ ਹਨਾ ਨਾ ਆਪਾਂ ਨਸ਼ਾ ਕਰਦੇ ਨਾ ਕੋਈ ਪਤਾ ਕਰਦੇ ਆ, ਆਪਣੇ ਇਹੀ ਸ਼ੌਂਕ ਨੇ ਯਾਰ, ਫਿਰ ਉਹ ਪੂਰੇ ਕਰ ਲੈਣੇ ਚਾਹੀਦੇ ਆ ਹਨਾ। ਕਿਉਂ ਬਈ ਹੁਣ ਇੱਕ ਗੱਲ ਦੱਸਦਾ, ਮੈਨਾਂ ਐਚ ਐਨ ਐਮ ਤੋਂ ਨਾ ਦੋ ਦਿਨ ਸ਼ਰਟਾਂ ਪਸੰਦ ਆਈਆਂ, ਇੱਕ ਸੀਗੀ 1500 ਦੀ, ਇੱਕ ਸੀਗੀ 2000 ਦੀ। ਮੇਰਾ ਸਾਲਾ ਲੈਣ ਨੂੰ ਜੀ ਨਹੀਂ ਕੀਤਾ, ਮੈਂ ਕੱਲ ਐਡ ਟੂ ਕਾਰਟ ਕਰਤੀਆਂ ਪਰ ਮੈਂ ਸਾਲੀਆਂ ਬਾਈ ਨਹੀਂ ਕੀਤੀਆਂ ਮੇਰੇ ਵਾਂਗੂ। ਹਾਂ ਇਹ ਚੀਜ਼ ਹੁੰਦੀ ਹੈ ਤੇ ਹੁਣ ਦੇਖੋ ਇੱਧਰ 20000 ਰੁਪਏ ਦੀ ਗੰਨ ਲਿਆ ਯਾਰ ਹੁੰਦੇ ਸਾਰ। ਓ ਵਾਹ ਜੀ ਵਾਹ ਕੈਰੀ, ਇੱਧਰਲੇ ਪੈਸੇ ਨਾ ਬਿਲਕੁਲ ਸੇਫ ਆ ਯਾਰ ਹਨਾ ਨਿਸ਼ਾਨਿਆਂ ਲਈ, ਤਾਂ ਕਰਕੇ ਆਪਾਂ ਇੱਧਰਲੇ ਪਾਸੇ ਚੱਲੇ ਹਾਂ ਅਤੇ ਕੋਈ ਹੈ ਨਹੀਂ ਇੱਧਰਲੇ ਪਾਸੇ ਯਾਰ। ਹੁਣ ਬਸ ਆਪਾਂ ਆਏ ਹਾਂ ਯਾਰ ਅਤੇ ਇੱਥੇ ਹੈ ਨਾ ਮਤਲਬ ਦਰਖਤ ਵਗੈਰਾ ਹੀ ਨੇ ਅਤੇ ਇੱਥੇ ਕੋਈ ਜੀਵ ਜੰਤੂ ਵੀ ਹੈ ਨਹੀਂ ਫਾਲਤੂ ਹੈ ਨਾ ਕੋਈ ਇਹਦੇ ਬੰਦਾ ਵਗੈਰਾ ਵਾ, ਤਾਂ ਬਿਲਕੁਲ ਸੇਫ ਏਰੀਆ ਵਾ। ਇੱਥੇ ਆਪਾਂ ਹੁਣ ਟਰਾਈ ਕਰਾਂਗੇ ਇੰਪ੍ਰੈਕਟਿਸ, ਪਰ ਅੱਗੇ ਜਾਣਾ ਪੈਣਾ ਹੈ ਨਾ, ਬਾਹਲਾ ਹੀ ਅੱਗੇ ਜਾਣਾ ਪੈਣਾ, ਕੋਈ ਚੱਕਰ ਨਹੀਂ, ਸੇਫ ਵੀ ਹੋਣਾ ਚਾਹੀਦਾ ਵਾ। ਬਾਕੀ ਜਦ ਆਪਾਂ ਇਹ ਘਰ 'ਚ ਬਣਾ ਲੈਣੀ ਇਹ ਚੀਜ਼ ਕਰਕੇ ਬਸ ਆਪਾਂ ਜਲਦੀ ਘਰੇ ਜਾ ਕੇ ਉਹਨੂੰ ਤਿਆਰ ਕਰਾਉਂਦੇ ਆ ਹੁਣ। ਤੂੰ ਫੇਰ ਮੇਰੀ ਘੜੀ ਭੰਦਣੀ ਅੱਜ ਏਦਾਂ ਕੜਾ ਪਾਈ ਫਿਰਦਾ ਕੀ ਗੱਲ, 8000 ਕਰੋੜ ਦਾ ਨੁਕਸਾਨ ਕਰੂ ਮੈਨੂੰ ਲੱਗਦਾ। ਸਹੀ ਗੱਲ ਆ, ਬਾਲੀ ਮਹਿੰਗੀ ਘੜੀ ਆ। ਹੁਣ ਬਾਈ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਤਕੜੀ ਗੰਨ ਆ ਇਹ, ਕਿਉਂਕਿ ਆਪਾਂ ਦਰਖਤ 'ਤੇ ਮਾਰਕੀਟ ਟੈਸਟ ਕੀਤੀ ਸੀਗੀ ਹੈ ਨਾ, ਤਾਂ ਮਤਲਬ ਸਿੰਪਲ ਹੀ ਵਧੀਆ ਚੱਲ ਰਹੀ ਆ, ਬਾਹਲੀ ਜ਼ਿਆਦਾ ਵੀ ਮਾਰ ਨਹੀਂ ਹੈਗੀ, ਜਿੰਨੀ ਹੋਣੀ ਚਾਹੀਦੀ ਉਨੀ ਸਹੀ ਆ। ਹੁਣ ਬਸ ਆਪਾਂ ਲੋਡ ਕਰਦੇ ਹਾਂ ਇਹ, ਆਹ ਦੇਖੋ ਐਂ ਪੈਂਦੀ ਆ ਕੁੜੀ। ਤੋਂ ਬਾਅਦ ਜੋ ਆਪਾਂ ਨੂੰ ਮਾਰਾਂਗੇ ਦੇਖੋ, ਜੋ ਆਪਾਂ ਇਹ ਕਰ ਲਿਆ ਨਾ ਇੱਧਰ ਵੀ ਦੇਖ ਲਾ ਵੀ ਮੈਂ ਆਉਂਦਾ ਕਿ ਨਹੀਂ। ਆਹ ਦੇਖੋ ਵੱਜਣੀ ਨਹੀਂ, ਸੇਫਟੀ ਹੈ ਇੱਥੇ ਦਿਖਾਈ ਮਟਾ ਕੇ ਕੋਲੇ, ਆਹ ਸੇਫਟੀ ਅਨਲੋਕ ਕਰੋ, ਹੁਣ ਇਹ ਮਾਰਨ ਨੂੰ ਤਿਆਰ ਆ। ਇੱਥੇ ਮਾਰੀਏ ਸਾਹਮਣੇ ਦਰਖਤ ਤੇ ਕੋਈ ਨਹੀਂ, ਇਹਦੀ ਰੇਂਜ ਦੇਖੀ ਉਹ ਪਾਣੀ ਦੀ ਵਜ੍ਹਾ ਤੋਂ ਟੈਸਟ ਕਰਕੇ ਉਹਨੂੰ ਦਿਖਾਤਾ ਦਈਏ ਹਨਾ। ਆਹ ਦੇਖੋ ਹੁਣ ਦੇਖਿਆ ਨਹੀਂ ਹੋਣਾ ਇੰਨੀ ਇੰਨੀ ਕੁਇਕ ਹੋ ਜਾਂਦਾ ਕੰਮ, ਅਤੇ ਆਹ ਦੇਖੋ ਉਰੇ ਭਰਾਵਾ ਜੂਮ ਕਰ ਲਾ ਇੱਕ ਵਾਰੀ ਗੁਣਾ, ਸਹੀ ਨਹੀਂ ਜੂਮ ਨਹੀਂ ਸਹੀ ਹੋਇਆ, ਹੁਣ ਸਹੀ ਹੋਇਆ ਜੀ, ਆਹ ਵੈਰੀ ਗੁੱਡ। ਆ ਮੇਰੇ ਵੱਲ ਕਰ ਦੇਖੋ ਸ਼ਰਨਾ ਦੋ, ਇੱਕ ਹੋਰ ਸੀਗਾ
ਮੇਲੇ ਵਾਲੀ ਫੀਲਿੰਗ ਆਉਣ ਲੱਗ ਗਈ। ਹੁਣ ਬਾਈ ਆਪਾਂ ਨੂੰ ਨੋਰਮਲ ਟੈਸਟ ਕਰ ਰਹੇ ਆ ਤੇ ਇੱਕ ਗੱਲ ਹੋਰ, ਜਦੋਂ ਆਪਾਂ ਇਹਨੂੰ ਲੋਕ ਕਰ ਦਈਏ ਹੈ ਨਾ ਇੱਦਾਂ ਲੋਡ ਕਰ ਦਈਏ, ਪਰ ਗਲਤੀ ਨਾਲ ਵੀ ਕਿਸੇ ਵੱਲ ਜਾਣ ਕੇ ਤਾਂ ਚੌੜਬਾਜ਼ੀ ਵਿੱਚ ਇਹ ਨਹੀਂ ਕਰਨਾ ਗਾ, ਕਿਉਂਕਿ ਮਸ਼ੀਨਰੀ ਹੈ ਤਾਂ ਕੋਈ ਨਹੀਂ ਪਤਾ ਹੈ ਨਾ ਕਿਹੜੇ ਵੇਲੇ ਧੋਖਾ ਦੇ ਜਾਵੇ। ਸਹੀ ਗੱਲ ਆ, ਬੁੱਟਰ ਪਿੱਛੇ ਰਹਿ ਫਿਰ ਬਾਈ। ਕਿੱਧਰ ਕੀਤੀ ਹਵਾਈ ਫੇਰ? ਹਵਾਈ ਫੇਰ ਤੂੰ ਵਾਲਾ ਬੱਦਲ ਦੀ ਹੱਕ ਪਾੜਤੀ ਹੈ ਕਿ ਇੱਕ ਗੱਲ ਹੋਰ ਕਦੇ ਵੀ ਹੋਰ ਹੈ ਸ਼ਰ? ਹਾਂ ਇੱਕ ਗੱਲ ਹੋਰ ਕਦੇ ਵੀ ਜਿਵੇਂ ਇੱਦਾਂ ਕਰਕੇ ਹੈ ਨਾ ਇਹਨੂੰ ਫਾਇਰ ਨਹੀਂ ਕਰਨਾ, ਜੇ ਕਰਤਾ ਸਾਰਾ ਕੁਝ ਖਰਾਬ ਹੋ ਜਾਣਾ ਵਿੱਚੋਂ। ਤੇ ਇੱਕ ਗੱਲ ਹੋਰ ਦੱਸਣੀ ਆ ਤੁਹਾਨੂੰ, ਗੱਲਾਂ ਹੀ ਦੱਸੀਆਂ ਨਾ ਕਰਕੇ ਕਿਉਂ ਦਿਖਾਉਂਦਾ ਉਹ ਸ਼ਿਕਾਰ ਖੇਡਣ ਨੂੰ ਟ੍ਰੇਜਰ ਹੰਟਿੰਗ ਕਹਿੰਦੇ ਆ ਕਿ ਕੋਈ ਹੋਰ ਹੁੰਦਾ ਹੰਟਿੰਗ ਨੂੰ? ਹਾਂ ਸ਼ਿਕਾਰ ਖੇਡਣ ਨੂੰ ਕਹਿੰਦੇ ਆ, ਉਹਦੇ ਲਈ ਵੀ ਆ ਇਹ ਬੜਾ ਪਾਉ ਚੀਜ਼ਾਂ ਨਹੀਂ ਕਰਨੀਆਂ ਹੈਗੀਆਂ ਆਪਾਂ ਕਿਉਂ ਪਾਪ ਲੈਣਾ। ਚਲੋ ਬਾਈ ਹੁਣ ਬੁੱਟਰ ਤੂੰ ਨਿਸ਼ਾਨ ਦੱਸ ਕੇ ਤੇ ਲਾਵਾਂ ਮੈਂ ਓਹਦੀ ਵੀ ਗੱਲ ਕਰਦਾ ਮੈਂ, ਸਭ ਤੋਂ ਤਾਂ ਉੱਪਰ ਮਾਰੀ ਮੈਂ 5x ਕੀਤਾ ਹੋਇਆ ਜੂਮ, ਸਭ ਤੋਂ ਤਾਂ ਵੱਜੇ ਮੈਂ ਕਿੱਥੇ ਕੀਤਾ ਜੂਮ ਮੈਨੂੰ ਪਤਾ ਲੱਗ ਜੂਗਾ। ਮੇਰੇ ਯਾਰ ਰੌਂਡੀ ਆ ਯਾਰ, ਤੁਸੀਂ ਮੈਨੂੰ ਖੇਡਣ ਹੀ ਨਹੀਂ ਦਿੰਦੇ ਯਾਰ। ਇਹ ਕਿਵੇਂ ਹੋ ਸਕਦਾ ਯਾਰ ਮੈਂ ਤੋਂ ਲੱਗੇ ਨਾ ਉਧਰ ਕਰ ਸਾਲਿਆ, ਇਹ ਮਲ ਕਰ ਪੂਰਾ ਸਾੜਾ। ਜਿਹੜਾ ਬਾਈ ਗੁਬਾਰੇ ਫੜਵਾਉਂਦੇ ਹੁੰਦੇ ਆ ਉਹਨਾਂ ਨੂੰ ਨਾਮ ਰੱਖਣਾ ਚਾਹੀਦਾ ਨਾ, ਇਹ ਤਾਂ ਆਪਾਂ ਭੈਣ ਕੋਹ ਨਾ ਕੋਹ ਜਿੱਤ ਕੇ ਆਇਆ ਕਰਾਂਗੇ। ਲੱਗਿਆ ਹੁਣ ਯਾਰ ਪੰਗੇ ਲਈ ਜਾਂਦੇ ਆ ਬਹੁਤ ਜ਼ਿਆਦਾ, ਅਤੇ ਘਰੇ ਜਾ ਕੇ ਅਮਨ ਦੇ ਅਤੇ ਘਰਦਿਆਂ ਦੇ ਵੀ ਆਪਾਂ ਰਿਐਕਸ਼ਨ ਲੈਣੇ ਆ, ਉਹਨਾਂ ਨੂੰ ਕਹਾਂਗੇ ਕਿ ਰੀਅਲ ਗੱਲ ਨਾ ਉਹਨਾਂ ਨੂੰ, ਕਿਉਂਕਿ ਕੁਛ ਇੰਨਾ ਪਤਾ ਨਹੀਂ ਕਰਨਾ ਬਾਰੇ ਹੈ ਨਾ, ਬਲ ਪੰਪ ਮਾਰਾਂਗੇ ਤਾਂ ਉਹ ਵੀ ਵਲੋਗ ਆਊਗਾ। ਤਾਂ ਫਟਾਫਟ ਸਬਸਕ੍ਰਾਈਬ ਕਰ ਲਓ, ਫਟਾਫਟ ਹੁਣ ਲਾਈਕ ਕਰ ਦਿਉ, ਸ਼ੇਅਰ ਕਰ ਦਿਉ, ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾਓ, ਲਿਸਣ ਦੇ ਵਲੋਗ ਹੋਰ ਦੇਖਣ ਲਈ। ਬਾਕੀ ਆਪਾਂ ਮਿਲਦੇ ਹਾਂ ਨੈਕਸਟ ਕਿਸੇ ਘੈਂਟ ਦੇ ਵਲੋਗ ਦੇ ਵਿੱਚ, ਟਿਲ ਦੈਨ ਪੀਸ ਆਊਟ। ਅੱਛਾ ਬਈ ਇਹ ਗੰਨ ਫੜਨ ਦਾ ਤਰੀਕਾ ਦੇਖਿਓ ਬੜਾ, ਇਹ ਕੀ ਆ ਬੂਟਿਆਂ ਵਟਿਆਂ ਤੇ ਲਾਈ ਜਾਂਦਾ ਵੀ, ਬੂਟਿਆਂ ਤੇ ਵੀ ਲਾਵੇ ਜਲ ਕੋਈ ਨੀ, ਪਾਣੀ ਚ ਲਾਈ ਜਾਂਦਾ ਬਰੇ ਬੂਟੇ। ਮੈਂ ਤਾਂ ਲਾਉਂਦਾ ਉਹਨੂੰ ਪਤਾ ਨਾ ਤੇਰੇ ਵੀ ਨਿਸ਼ਾਨਾ ਲੱਗ ਗਿਆ ਕਿ ਨਹੀਂ ਲੱਗਿਆ। ਬੜਾ ਆਰਸੀ ਕਰਾਂ ਉਹ ਤਗੜਾ। ਬਾਈ ਇੱਕ ਗੱਲ ਆ, ਰੇਂਜ ਵੀ ਹੈਗੀ ਆ ਤੇ ਪ੍ਰੈਸ਼ਰ ਵੀ ਹੈਗਾ ਗਨ ਦਾ। ਹੁਣ ਬਾਈ ਮੈਂ ਇੱਥੇ ਮਾਰੂੰਗਾ, ਦੇਖਦੇ ਆ ਕੀ ਬਣਦਾ। ਠੀਕ ਆ ਵਾਈਟ ਪੱਟੀ ਤੇ? ਨਹੀਂ ਨਹੀਂ ਵਾਈਟ ਪੱਟੀ ਤੇ ਨਹੀਂ, ਮੈਂ ਇਸ ਵਾਰ ਕਾਰਡਬੋਰਡ ਦੇ ਵਿੱਚ। ਬਾ ਠੀਕ ਆ ਤੇਰੇ ਨੀ ਵੱਧਦੀ ਕੋਈ ਗੱਲ ਨੀ।
ਹੋ ਗਿਆ ਆਰ ਪਰ ਹੋਣਾ ਹੀ ਸੀਗਾ ਇੱਥੋਂ ਦੀ ਬੱਜਿਆ ਤੇ ਇੱਧਰ ਦੀ ਰੇਗਾ ਨਿਕਲ ਗਿਆ ਬਾਈ ਜਿਹੜੀ ਇਹ ਰਾਈਫਲ ਹੈ ਨਾ ਇਹਦਾ ਆਪਾਂ ਬੈਗ ਕੱਲ ਨੂੰ ਮੰਗਾਉਣਾ ਵਾ ਬਸ ਹੁਣ ਇਹਦਾ ਜਲਦੀ ਜਲਦੀ ਬੈਗ ਵੀ ਆ ਜਾਊਗਾ ਕਿਉਂਕਿ ਬਾਹਲਾ ਇੱਦਾਂ ਔਖਾ ਨਾ ਚੱਕਰ ਐਂ ਸੰਭਾਲਣਾ ਉਹੀ ਸਾਡੇ ਦਿਮਾਗ ਚ ਟਿਕਾ ਕੇ ਲੋਡ ਕਰੀ ਉੱਪਰ ਪਹਿਲਾਂ ਠੀਕ ਆ ਉਹ ਉਂਗਲ ਤੇ ਨਾ ਰੱਖੀ ਉੱਥੇ ਠੀਕ ਆ ਹੋ ਗਈ ਹੁਣ ਅਨਲੋਕ ਕਰ ਅਨਲੋਕ ਹੁਣ ਬਾਈ ਦੇਖ ਖੜਦਾ ਤੁਹਾਡਾ ਬਾਈ ਹੁਣ ਚੈਲੇਂਜ ਆ ਜਿਹੜਾ ਉਹ ਲਫਾਫਾ ਵਾ ਉਹ ਤੇ ਸਾਨੂੰ ਰੋਣਾ ਪਹਿਲਾਂ ਪਹਿਲਾਂ ਬੁੱਟਰ ਆਪਾਂ ਤਾਂ ਲਾ ਦਾਂਗੇ ਲਾ ਬੁੱਟਰ ਲਾ ਕੇ ਕੈਰੀ ਤਾਂ ਮੁੱਕ ਜਾਂਦੀ ਆ ਚੱਲ ਕੈਰੀ ਲਾ ਕੀ ਨਾ ਤੇਰਾ ਮੈਂ ਲਾਵਾਂ ਕੈਰੀ ਲਾ ਪਹਿਲਾਂ ਤੂੰ ਲਾਏਗਾ ਬਲਾ ਤੂੰ ਲਾਏਗਾ ਚੱਲ ਓ ਵਾਹ ਜੀ ਵਾਹ ਕੈਰੀ ਜੇਨ ਤੇ ਵੀ ਨਾ ਲੱਗਿਆ ਫੜੇ ਹੋ ਆ ਓਏ ਸਵੇਰ ਦਾ ਨਹੀਂ ਲੱਗ ਰਿਹਾ ਤੇਰੇ ਤੋਂ ਟੱਟੀ ਜਿੰਨਾ ਜ਼ੋਰ ਲਾ ਦਿੰਦਾ ਇੱਕ ਜਿਹਨਾਂ ਨਹੀਂ ਲੱਗਾਗਾ ਨਹੀਂ ਨੁਕਸਾਨ ਨਹੀਂ ਤਾਂ ਬਾਈ ਜਿੰਨੇ ਮਰਜ਼ੀ ਮੈਂ ਤੁਹਾਨੂੰ ਪਹਿਲਾਂ ਕਿਹਾ ਬਸ ਲੱਗ ਗਿਆ ਪੈ ਗਿਆ ਬਈ ਮੈਂ ਉਹ ਬੰਦਾ ਜਿਹੜਾ ਸੇਰਾ ਦਾ ਸਕਾਰ ਕਰਦਾ ਹੁਣ ਮੈਂ ਕੁੱਤੇ ਅਨਲੋਕ ਕਰ ਕਰੂਗਾ ਇਧਰ ਆ ਲਫਾਫੇ ਆ ਲਿਖੀ ਸੀਗਾ ਇਹ ਵੀ ਪਹਿਲੀ ਗੱਲ ਅੱਧੀ ਕੀ ਫੜਦਾ ਦੇਖੀ ਕਿਵੇਂ ਇੱਕ ਮਿੰਟ ਇੱਕ ਮਿੰਟ ਦੇਖਦੇ ਆ ਫੜਦਾ ਆ ਟੁੱਟੀ ਹੋਈ ਹੈ ਤੇਰੀ ਉਹ ਲਾਤਾ ਬਈ ਲਾਤਾ ਅੱਛਿਆ ਕਹਿੰਦੇ ਨਾ ਉਹਨਾਂ ਸ਼ਾਬਾਸ਼ ਪਰ ਤੂੰ ਫੜਦਾ ਐ ਜੀ ਕਿਉਂ ਐ ਜੀ ਮੈਂ ਯਾਰ ਆ ਨਕਲੀ ਜੀ ਮੈਂ ਬਰੇ ਦੂਜੀਆਂ ਚਲਾਈ ਹੋਈ ਆ AMW ਵਗੈਰਾ ਇਹ ਮੇਰੇ ਲਈ ਫਿਰ ਸੈੱਟ ਵੀ ਨਹੀਂ ਬੈਠਦੀ ਚਾ ਸ਼ੇਵ ਤਾਂ ਉਹਦੀ ਵੀ ਇਹੀ ਹੁੰਦੀ ਆ ਮਾੜੀ ਮੋਟੀ ਉਹ ਯਾਰ ਉਹ ਨਾਲੇ ਹੁੰਦੀ ਵੀ ਲੰਬੀ ਆ ਉਹ ਫਿਰ ਵੀ ਐ ਫੜਨੀ ਪੈਂਦੀ ਆ ਯਾਰ ਨਹੀਂ ਪਤਾ ਤੁਹਾਨੂੰ ਆਲੇ